ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਹੈ ਸਾਰਿਆਂ ਦਾ। ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ। ਮੇਰਾ ਨਾਮ ਹੈ ਰਵੀ ਅਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ। ਅਤੇ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਆਪ ਦੇ ਚੈਨਲ 'ਤੇ ਫਿਰ ਤੋਂ ਸਵਾਗਤ ਹੈ ਜੀ। ਅਤੇ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਹਾਜ਼ਰ ਹਾਂ ਜੀ। ਮਸ਼ੀਨਰੀਆਂ ਵਿੱਚ ਬਹੁਤ ਸਾਰੇ ਟਰੈਕਟਰ ਹੈ ਜੀ, ਕੰਬਾਈਨ ਹੈ ਅਤੇ ਤਵੀਆਂ ਜੀ। ਅਤੇ ਸਾਰੀ ਵੀਡੀਓ ਨੂੰ ਦੇਖਿਓ ਜੀ, ਕਿਸੇ ਵੀਰ ਨੇ ਅੱਧ ਵਿਚਾਲੇ 'ਚ ਵੀਡੀਓ ਨਹੀਂ ਛੱਡਣੀ ਜੀ। ਜੇ ਕਿਸੇ ਵੀਰ ਨੇ ਆਪਣੇ ਚੈਨਲ 'ਤੇ ਐਡ ਕਰਾਉਣੀ ਹੈ ਕਿਸੇ ਮਸ਼ੀਨਰੀ ਦੀ, ਤਾਂ ਮੇਰਾ ਵਟਸਐਪ ਨੰਬਰ ਨੋਟ ਕਰ ਲਓ ਜੀ। ਨੰਬਰ ਹੈ ਮੇਰਾ 7796369488। ਇਸ ਨੰਬਰ 'ਤੇ ਤੁਹਾਡੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਜੀ, ਅਤੇ ਬਾਕੀ ਉਹਦੀ ਸਾਰੀ ਜਾਣਕਾਰੀ ਲਿਖ ਕੇ ਮੇਰੇ ਵਟਸਐਪ ਨੰਬਰ 'ਤੇ ਸੈਂਡ ਕਰ ਦਿਓ ਫੋਟੋਆਂ ਦੇ ਨਾਲ, ਅਤੇ ਬਹੁਤ ਹੀ ਜਲਦ ਤੁਹਾਡੀ ਐਡ ਆਪਣੇ ਚੈਨਲ ਟਰੈਕਟਰ ਮੰਡੀ 'ਤੇ ਲਗਾ ਦੇਂਗੇ, ਅਤੇ ਬਹੁਤ ਹੀ ਜਲਦ ਤੁਹਾਡੀ ਮਸ਼ੀਨਰੀ ਆ ਉਹ ਵਿਕ ਜੂਗੀ ਜੀ। ਅਤੇ ਮੇਨ ਗੱਲ ਜੀ, ਉਹਦਾ ਜਿਹੜਾ ਰੇਟ ਹੈ ਉਹ ਮਾਰਕੀਟ ਦੇ ਹਿਸਾਬ ਨਾਲ ਲਾਉਣਾ ਜੀ, ਵਧਾ ਚੜ੍ਹਾ ਕੇ ਨਹੀਂ ਦੱਸਣਾ। ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਰੇਟ ਜ਼ਿਆਦਾ ਹੋਣ ਕਰਕੇ ਮਸ਼ੀਨਰੀ ਕਈ ਵਾਰੀ ਨਹੀਂ ਵਿਕਦੀ ਅਤੇ ਆਪਣੇ ਚੈਨਲ 'ਤੇ ਗਲਤ ਪ੍ਰਭਾਵ ਪੈਂਦਾ ਜੀ। ਅਤੇ ਰੇਟ ਸਹੀ ਭੇਜਿਆ ਕਰੋ ਅਤੇ ਜਾਣਕਾਰੀ ਵੀ ਸਹੀ ਭੇਜਿਆ ਕਰੋ ਜੀ। ਅਤੇ ਹੁਣ ਕਰਦੇ ਹਾਂ ਜੀ ਮਸ਼ੀਨਰੀਆਂ ਦੀ ਗੱਲ। ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਨਿਊ ਹੋਲੈਂਡ 3630, 3,70,000 ਰੁਪਏ ਨੇ ਡਿਮਾਂਡ ਰੱਖੀ ਹੈ। ਗੰਗਾਨਗਰ ਇਹਨਾਂ ਦਾ ਏਰੀਆ ਜੀ। 40% ਟਾਇਰਾਂ ਦੀ ਕੰਡੀਸ਼ਨ ਪਈ ਹੈ। 86,962, 62,652 ਇਹਨਾਂ ਦਾ ਨੰਬਰ ਹੈ, ਮਾਲਕਵੀਰ ਦਾ ਨੰਬਰ ਹੈ ਜੀ। ਗੰਗਾਨਗਰ ਇਹਨਾਂ ਦਾ ਏਰੀਆ ਹੈ ਅਤੇ ਟਰੈਕਟਰ ਜਿਹੜਾ ਬਿਲਕੁਲ ਸਾਫ਼ ਹੈ ਜੀ। ਕਿਸੇ ਵੀ ਨੇ ਦੇਖਣਾ ਹੋਵੇ ਗੰਗਾਨਗਰ, ਜਾ ਕੇ ਇਹਨਾਂ ਤੋਂ ਫੋਨ ਕਰਕੇ ਸਹੀ ਦਾ ਪੁੱਛ ਕੇ ਜਾ ਸਕਦੇ ਹੋ ਅਤੇ ਟਰੈਕਟਰ ਨੂੰ ਦੇਖ ਸਕਦੇ ਹੋ। ਕਿਸੇ ਵੀ ਨੇ ਖਰੀਦਣਾ ਹੋਵੇ ਟਰੈਕਟਰ ਵਿਕਾਊ ਹੈ, ਖਰੀਦ ਸਕਦੇ ਹੋ ਜੀ। ਅੱਗੇ ਤੁਸੀਂ ਦੇਖ ਰਹੇ ਹੋ ਜੀ ਸਵਰਾਜ 735 FE, 2005 ਮਾਡਲ ਹੈ ਜੀ ਟਰੈਕਟਰ ਆ। 2,50,000 ਵੀਰ ਨੇ ਰੇਟ ਰੱਖਿਆ ਜੀ, 2,50,000 ਵੀਰ ਨੇ ਰੇਟ ਰੱਖਿਆ ਜੀ। ਨੂਰਪੁਰ ਬੇਦੀ ਇਹਨਾਂ ਦਾ ਏਰੀਆ ਜੀ। 70% ਟਾਇਰਾਂ ਦੀ ਕੰਡੀਸ਼ਨ ਪਈ ਹੈ। 98,781, 51,563 ਇਹਨਾਂ ਦਾ ਨੰਬਰ ਹੈ, ਮਾਲਕਵੀਰ ਦਾ ਨੰਬਰ ਹੈ ਜੀ। ਅਤੇ ਟਰੈਕਟਰ ਤੁਹਾਡੇ ਸਾਹਮਣੇ ਜੀ, ਕੰਡੀਸ਼ਨ ਤੁਹਾਡੇ ਸਾਹਮਣੇ ਹੈ ਅਤੇ ਕੰਡੀਸ਼ਨ ਜਿਹੜੀ ਬਹੁਤ ਵਧੀਆ ਪਈ ਹੈ ਜੀ। 735 FE ਟਰੈਕਟਰ ਹੈ ਜੀ ਅਤੇ ਰੰਗ ਜਿਹੜਾ ਬਿਲਕੁਲ ਸਾਫ਼ ਹੈ, ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਜੀ। ਬੈਕ ਸਾਈਡ ਤੋਂ ਵੀ ਕਲਰ ਪੈਂਟ ਬਿਲਕੁਲ ਸਾਫ਼ ਹੈ ਜੀ ਅਤੇ ਛਤਰੀ ਲੱਗੀ ਹੈ ਜੀ ਅਤੇ ਬਹੁਤ ਸਾਫ਼ ਟਰੈਕਟਰ ਹੈ। ਕਿਸੇ ਵੀ ਨੇ ਖਰੀਦਣਾ ਹੋਵੇ ਟਰੈਕਟਰ ਵਿਕਾਊ ਹੈ, ਖਰੀਦ ਸਕਦੇ ਹੋ। 2005 ਮਾਡਲ ਹੈ ਜੀ। 2,50,000 ਰੁਪਇਆ ਵੀ ਨੇ ਰੇਟ ਰੱਖਿਆ, ਬਾਕੀ ਥੋੜ੍ਹਾ ਬਹੁਤਾ ਲੈਸ ਹੋ ਜੂਗਾ ਮੌਕੇ 'ਤੇ। 1,25,00,000 ਰੁਪਇਆ ਜੀ, ਨੂਰਪੁਰ ਬੇਦੀ ਇਹਨਾਂ ਦਾ ਏਰੀਆ। ਕਿਸੇ ਵੀ ਨੇ ਟਰੈਕਟਰ ਦੇਖਣਾ ਹੋਵੇ ਤਾਂ ਇਹਨਾਂ ਦੇ ਏਰੀਏ 'ਚ ਜਾ ਕੇ ਤੁਸੀਂ ਟਰੈਕਟਰ ਦੇਖ ਸਕਦੇ ਹੋ ਜੀ, ਚਲਾ ਕੇ ਦੇਖ ਸਕਦੇ ਹੋ, ਵਾਹ ਕੇ ਦੇਖ ਸਕਦੇ ਹੋ ਅਤੇ ਆਪਦੀ ਪੂਰੀ ਤਸੱਲੀ ਕਰਕੇ ਫਿਰ ਟਰੈਕਟਰ ਖਰੀਦ ਸਕਦੇ ਹੋ ਜੀ। 70% ਟਾਇਰਾਂ ਦੀ ਕੰਡੀਸ਼ਨ ਹੈ ਜੀ ਅਤੇ ਇੰਜਨ ਦੀ ਬੈਟਰੀ ਦੀ ਫੁੱਲ ਗਰੰਟੀ ਹੈ ਮਾਲਕ ਵੀਰ ਵੱਲੋਂ ਅਤੇ ਕੋਈ ਕੰਮ ਨਹੀਂ ਭਾਲਦਾ ਟਰੈਕਟਰ, ਸਾਰਾ ਕੰਮ ਓਕੇ ਹੈ ਜੀ ਅਤੇ ਸਰਵਿਸ ਵਗੈਰਾ ਜਿੰਨੀ ਵੀ ਹੁੰਦੀ ਹੈ ਸਾਰੀ ਹੋਈ ਹੈ ਜੀ ਅਤੇ ਨਾ ਕੋਈ ਦਿੱਕਤ ਹੈ ਨਾ ਕੋਈ ਪ੍ਰੋਬਲਮ ਹੈ ਜੀ। ਕਾਗਜ਼ ਪੱਤਰ ਜਿਹੜੇ ਪੂਰੇ ਹੈ ਅਤੇ ਕਿਸੇ ਵੀ ਨੇ ਦੇਖਣੇ ਹੋਣ ਜਾ ਕੇ ਦੇਖ ਸਕਦੇ ਹੋ। ਬਾਕੀ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਹੋਰ ਤਾਂ ਇਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੀ, ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ। ਅੱਗੇ ਤੁਸੀਂ ਦੇਖ ਰਹੇ ਹੋ ਜੀ ਤਵੀਆਂ, 40,000 ਰੁਪਏ ਨੇ ਰੇਟ ਰੱਖੇ ਜੀ ਇਹਨਾਂ ਦਾ ਅਤੇ ਹੁਸ਼ਿਆਰਪੁਰ ਇਹਨਾਂ ਦਾ ਏਰੀਆ 'ਚ, ਮਾਲਕਵੀਰ ਦਾ ਨੰਬਰ ਹੈ 88,722,79,542 ਅਤੇ ਤਵੀਆਂ ਦੀ ਕੰਡੀਸ਼ਨ ਹੈ ਜਿਹੜੀ ਬਹੁਤ ਵਧੀਆ ਪਈ ਹੈ ਜੀ ਅਤੇ ਤਵਿਆਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਅਤੇ ਪੂਰੀ ਹੈਵੀ ਅਤੇ ਵਧੀਆ ਤਵੀਆਂ ਜੀ। ਕਿਸੇ ਵੀ ਨੇ ਖਰੀਦਣੀਆਂ ਹੁਣ ਅਤੇ ਹੁਸ਼ਿਆਰਪੁਰ ਪਈਆਂ ਜੀ, ਆਹ ਜਾ ਕੇ ਤੁਸੀਂ ਦੇਖ ਕੇ ਅਤੇ ਖਰੀਦ ਸਕਦੇ ਜੀ। ਕੰਡੀਸ਼ਨ ਜਿਹੜੀ ਬਹੁਤ ਵਧੀਆ ਜੀ ਅਤੇ ਕੋਈ ਦਿੱਕਤ ਨਹੀਂ। 40,000 ਰੁਪਏ ਨੇ ਰੇਟ ਰੱਖਿਆ ਜੀ, ਹੁਸ਼ਿਆਰਪੁਰ ਇਹਨਾਂ ਦਾ ਏਰੀਆ ਅਤੇ ਮਾਲਕਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ। ਅਤੇ ਜਿੰਨੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ
ਤੇ ਵੀਡੀਓ ਨੂੰ ਨਵੇਂ ਵੀਰ ਦੇਖ ਰਹੇ ਨੇ ਜਿੰਨੇ ਵੀ ਤਾਂ ਆਪਣੇ ਚੈਨਲ ਨਾਲ ਜੁੜ ਜਾਓ ਜੀ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਥੱਲੇ ਇੱਕ ਲਾਲ ਰੰਗ ਦਾ ਬਟਨ ਹੈ ਜੀ, ਤੇ ਉਹਨੂੰ ਦੱਬ ਦੇ ਨਾਲ ਹੀ ਘੰਟੀ ਦਾ ਬਟਨ ਹੈ ਉਹਨੂੰ ਦਬਾ ਦਿਓ ਜੀ, ਤੇ ਇਸੇ ਤਰ੍ਹਾਂ ਦੀ ਵੀਡੀਓ ਆਪਣੇ ਚੈਨਲ ਤੇ ਹਰ ਰੋਜ਼ ਆਉਂਦੀ ਹੈ ਜੀ, ਤੇ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ, ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਜੀ, ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ, ਤੇ ਫੇਸਬੁੱਕ ਤੇ ਤੁਸੀਂ ਜਿੱਥੇ ਵੀ ਸ਼ੇਅਰ ਕਰ ਸਕਦੇ ਹੋ ਉੱਥੇ ਤੁਸੀਂ ਸ਼ੇਅਰ ਕਰ ਦਿਓ ਜੀ, ਤੇ ਸਪੋਰਟ ਰੱਖਿਆ ਕਰੋ ਜੀ ਪੂਰੀ, ਤੇ ਆਪਣੇ ਚੈਨਲ ਤੇ ਜਿੰਨੀਆਂ ਵੀ ਮਸ਼ੀਨਰੀਆਂ ਹੁੰਦੀਆਂ ਜੀ ਆਹ ਲੋਕਲ ਘਰਾਂ ਦੇ ਪਿੰਡਾਂ ਦੇ ਵਿੱਚ ਹੀ ਖੜੀਆਂ ਹੁੰਦੀਆਂ ਕਿਸਾਨ ਵੀਰਾਂ ਦੇ, ਤੇ ਕੋਈ ਡੀਲਰ ਦੀ ਨਹੀਂ ਹੁੰਦੀ ਜੀ, ਤੇ ਲੋਕਲ ਹੀ ਕਿਸਾਨ ਵੀਰਾਂ ਦੀਆਂ ਹੁੰਦੀਆਂ ਜੀ ਜਿੰਨੀਆਂ ਮਸ਼ੀਨਰੀਆਂ ਹੁੰਦੀਆਂ, ਤੇ ਆਪਣੇ ਚੈਨਲ ਤੇ ਕੋਈ ਗਲਤ ਕੰਮ ਨਹੀਂ ਕੀਤਾ ਜਾਂਦਾ ਜੀ, ਤੇ ਅੱਜ ਕੱਲ੍ਹ ਇਹੋ ਜਿਹੇ ਬਹੁਤ ਸਾਰੇ ਚੈਨਲ ਬਣ ਗਏ ਜੀ ਜਿਹੜੇ ਕਿ ਡੀਲਰਾਂ ਨਾਲ ਜਿਨ੍ਹਾਂ ਦੀ ਗੱਲ ਹੁੰਦੀ ਹੈ, ਤੇ ਡੀਲਰ ਆਪਦੇ ਜਿਹੜੇ ਸੰਦ ਹੁੰਦੇ ਉਹਨਾਂ ਦੇ ਘਰਾਂ 'ਚ ਹੀ ਖੜਾ ਦਿੰਦੇ ਜੀ, ਤੇ ਤੁਸੀਂ ਜਾਣੇ ਹੋ ਤਾਂ ਡੀਲਰ ਤਾਂ ਆਪ ਨਹੀਂ ਹੁੰਦਾ ਜੀ, ਤੇ ਮਤਲਬ ਉਹਨਾਂ ਦੇ ਥਰੂ ਹੀ ਖਰੀਦੀ ਜਾਂਦੀ ਹੈ ਜੀ, ਤੇ ਉਹ ਉਹਨਾਂ ਤੋਂ ਕਮਿਸ਼ਨ ਲੈ ਲੈਂਦੇ ਆ ਚੈਨਲ ਵਾਲੇ, ਤੇ ਇੱਦਾਂ ਕਰਕੇ ਤੁਹਾਨੂੰ ਮਸ਼ੀਨਰੀ ਵੇਚ ਦਿੰਦੇ ਜੀ, ਤੇ ਆਪਣੇ ਚੈਨਲ 'ਤੇ ਇੱਦਾਂ ਦਾ ਕੰਮ ਨਹੀਂ ਹੁੰਦਾ ਜੀ, ਤੇ ਇੱਕ ਨੰਬਰ ਕੰਮ ਹੈ ਜੀ ਆਪਣੇ ਚੈਨਲ 'ਤੇ, ਜਿੰਨੀਆਂ ਮਸ਼ੀਨਰੀਆਂ ਹੁੰਦੀਆਂ ਆਹ ਪਿੰਡਾਂ ਦੇ ਲੋਕਲ ਘਰਾਂ 'ਚ ਹੀ ਖੜੀਆਂ ਹੁੰਦੀਆਂ ਜੀ, ਤੇ ਕੋਈ ਡੀਲਰ ਦੀ ਨਹੀਂ ਹੁੰਦੀ, ਤੇ ਹੁਣ ਤੁਸੀਂ ਦੇਖ ਰਹੇ ਹੋ ਜੀ ਐਗਰੀ ਕਿੰਗ 2055 ਟਰੈਕਟਰ ਜੀ, 2018 ਮਾਡਲ ਹੈ, 4,05,000 ਰੁਪਏ ਨੇ ਡਿਮਾਂਡ ਰੱਖੀ ਹੈ ਜੀ, ਤਰਨ ਤਾਰਨ ਇਹਨਾਂ ਦੇ ਏਰੀਆ 80% ਟਾਇਰਾਂ ਦੀ ਕੰਡੀਸ਼ਨ ਪਈ ਹੈ, ਅਤੇ ਬਾਕੀ ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ, ਤਰਨ ਤਾਰਨ ਇਹਨਾਂ ਦਾ ਏਰੀਆ ਜੀ, 4,05,000 ਰੁਪਏ ਨੇ ਡਿਮਾਂਡ ਰੱਖੀ ਹੈ, ਅਤੇ ਬਹੁਤ ਸਾਫ਼ ਟਰੈਕਟਰ ਹੈ ਜੀ, ਬਹੁਤ ਸੋਹਣਾ ਟਰੈਕਟਰ ਹੈ, ਛੱਤਰੀ ਲੱਗੀ ਹੈ ਅਤੇ ਰੰਗ ਜਿਹੜਾ ਬਿਲਕੁਲ ਸਾਫ਼ ਹੈ, ਬਾਕੀ ਕੋਈ ਵੀ ਜਾਣਕਾਰੀ ਲੈਣੀ ਇਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਤੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ। ਅੱਗੇ ਤੁਸੀਂ ਦੇਖ ਰਹੇ ਹੋ ਜੀ ਬਲਕਾਰ 664 ਕੰਬਾਈਨ ਜੀ, ਬਲਕਾਰ ਵਾਲੇ ਦੀ ਕੰਬਾਈਨ ਹੈ ਜੀ ਆਹ, 2013 ਮਾਡਲ ਹੈ, 9,50,000 ਰੁਪਏ ਨੇ ਡਿਮਾਂਡ ਰੱਖੀ ਹੈ ਜੀ, ਫਾਜ਼ਿਲਕਾ ਇਹਨਾਂ ਦਾ ਏਰੀਆ ਹੈ, ਫਾਜ਼ਿਲਕੇ ਖੜੀ ਹੈ ਜੀ ਆਹ, 40% ਟਾਇਰਾਂ ਦੀ ਕੰਡੀਸ਼ਨ ਹੈ, ਅਤੇ ਵੱਡੇ ਟਾਇਰਾਂ ਦੀ ਕੰਡੀਸ਼ਨ ਦੱਸੀ ਜਾਂਦੀ ਹੈ ਜੀ ਆਹ, 40% ਹੈ ਜੀ, 9,785,30,135 ਇਹਨਾਂ ਦਾ ਨੰਬਰ ਹੈ, ਮਾਲਕ ਵੀਰ ਦਾ ਨੰਬਰ ਹੈ ਜੀ ਆਹ, ਅਤੇ ਬਾਕੀ ਕੰਬਾਈਨ ਹੈ ਜਿਹੜੀ ਬਿਲਕੁਲ ਸਾਫ਼ ਹੈ ਜੀ, ਅਤੇ ਤੁਹਾਡੇ ਸਾਹਮਣੇ ਹੈ ਜੀ, ਰੰਗ ਹੈ ਜਿਹੜਾ ਬਿਲਕੁਲ ਸਾਫ਼ ਹੈ, ਅਤੇ ਕੋਈ ਪ੍ਰੋਬਲਮ ਨਹੀਂ, ਕਿਸੇ ਵੀ ਨੇ ਖਰੀਦਣੀ ਹੋਵੇ ਜਾ ਕੇ ਦੇਖ ਸਕਦੇ ਹੋ ਜੀ, ਅਤੇ ਕੰਬਾਈਨ ਖਰੀਦ ਸਕਦੇ ਹੋ ਜੀ, ਕਾਗਜ਼ ਪੱਤਰ ਦੇਖ ਸਕਦੇ ਹੋ, ਚਲਾ ਕੇ ਦੇਖ ਸਕਦੇ ਹੋ ਜੀ, ਬਲਕਾਰ ਵਾਲਿਆਂ ਦੀ ਕੰਬਾਈਨ ਹੈ ਜੀ, ਅਤੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ, ਕਿਸੇ ਵੀ ਨੇ ਦੇਖਣੀ ਹੋਵੇ ਫਾਜ਼ਿਲਕਾ ਖੜੀ ਹੈ ਉੱਥੇ ਜਾ ਕੇ ਦੇਖ ਸਕਦੇ ਹੋ ਜੀ, ਅਤੇ ਸ਼ੈੱਡ ਥੱਲੇ ਖੜੀ ਹੁੰਦੀ ਹੈ ਜੀ, ਅਤੇ ਇੱਦਾਂ ਬਾਹਰ ਨਹੀਂ ਖੜੀ ਹੁੰਦੀ, ਅਤੇ ਨਾ ਹੀ ਕੋਈ ਜਰਜੁਰ ਲੱਗੇ ਕਿਸੇ ਪਾਸੋਂ, ਅਤੇ ਨਾ ਹੀ ਕੋਈ ਰੰਗ ਪੈਂਟ 'ਚ ਦਿੱਕਤ ਹੈ ਜੀ, ਪੂਰੀ ਵਧੀਆ ਅਤੇ ਸੋਹਣੀ ਕੰਬਾਈਨ ਹੈ, ਕਿਸੇ ਵੀ ਨੇ ਖਰੀਦਣੀ ਹੋਵੇ ਅਤੇ ਫਾਜ਼ਿਲਕਾ ਖੜੀ ਹੈ, ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਅਤੇ ਖਰੀਦ ਸਕਦੇ ਹੋ ਜੀ, ਬਲਕਾਰ 664 ਕੰਬਾਈਨ ਦੀ ਵੀਡੀਓ ਦੇਖ ਰਹੇ ਹੋ ਤੁਸੀਂ ਜੀ, 2013 ਮਾਡਲ ਕੰਬਾਈਨ ਹੈ ਜੀ, ਅਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਜੋਂਡੀਅਰ 5103, 2009 ਮਾਡਲ ਟਰੈਕਟਰ ਹੈ ਜੀ ਆਹ, ਅਤੇ ਟਰੈਕਟਰ ਪੂਰਾ ਸਾਫ਼ ਹੈ ਜੀ ਆਹ, ਪੂਰਾ ਵਧੀਆ ਅਤੇ ਸੋਹਣਾ ਟਰੈਕਟਰ ਹੈ, ਕਿਸੇ ਵੀ ਨੇ ਖਰੀਦਣਾ ਹੋਵੇ ਬਲੋਟ ਖੜ੍ਹਾ ਜੀ, ਜਾ ਕੇ ਦੇਖ ਸਕਦੇ ਹੋ, ਮਿਊਜ਼ਿਕ ਸਿਸਟਮ ਲੱਗਿਆ ਜੀ, ਛੱਤਰੀ ਲੱਗੀ ਹੈ, ਅਤੇ ਰੰਗ ਜਿਹੜਾ ਬਿਲਕੁਲ ਸਾਫ਼ ਹੈ, 2009 ਮਾਡਲ ਹੈ, ਪਰ ਕੰਡੀਸ਼ਨ ਬਹੁਤ ਹੀ ਜ਼ਿਆਦਾ ਸਾਫ਼ ਪਈ ਹੈ ਜੀ, 3,20,000 ਰੁਪਏ ਨੇ ਡਿਮਾਂਡ ਰੱਖੀ ਹੈ, 70% ਟਾਇਰਾਂ ਦੀ ਕੰਡੀਸ਼ਨ ਹੈ ਜੀ, 7,145,26,053 ਇਹਨਾਂ ਦਾ ਨੰਬਰ ਹੈ, ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ,
ਤੇ ਕਿਸੇ ਕਾਰਨ ਕਰਕੇ ਵੇਚ ਰਹੇ ਨੇ ਵੀਰ, ਥੋੜ੍ਹੀ ਜੀ ਐਮਰਜੈਂਸੀ ਇਹਨਾਂ ਨੂੰ, ਅਤੇ ਦਿੱਕਤ ਹੈ ਜੀ ਥੋੜ੍ਹੀ ਜੀ, ਪ੍ਰੋਬਲਮ ਹੈ ਘਰੇ, ਤਾਂ ਕਰਕੇ ਟਰੈਕਟਰ ਵੇਚਿਆ ਜਾ ਰਿਹਾ ਜੀ। ਨਹੀਂ ਇਹਨਾਂ ਨੇ ਟਰੈਕਟਰ ਨਹੀਂ ਵੇਚਣਾ ਸੀਗਾ ਜੀ, ਅਤੇ ਪੂਰਾ ਸੰਭਾਲ ਕੇ ਰੱਖਿਆ, ਸ਼ੌਂਕ ਨਾਲ ਰੱਖਿਆ ਵੀਰ ਨੇ, ਅਤੇ ਥੋੜ੍ਹੀ ਪ੍ਰੋਬਲਮ ਕਰਕੇ ਵੇਚਿਆ ਜਾ ਰਿਹਾ ਜੀ। ਕਿਸੇ ਵੀਰ ਨੇ ਖਰੀਦਣਾ ਹੋਵੇ ਜੀ, 3,20,000 ਵੀਰ ਨੇ ਡਿਮਾਂਡ ਰੱਖੀ ਹੈ, ਅਤੇ ਮਲੋਟ ਖੜ੍ਹਾ ਜੀ, ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਅਤੇ ਟਰੈਕਟਰ ਖਰੀਦ ਸਕਦੇ ਹੋ ਜੀ। ਅਤੇ ਕਿਸੇ ਵੀ ਨੇ ਖਰੀਦਣਾ ਹੋਵੇ ਟਰੈਕਟਰ ਵਿਕਾਊਗਾ ਜੀ, ਖਰੀਦ ਸਕਦੇ ਹੋ। ਹੁਣ ਕਰਦੇ ਜੀ ਕਮੈਂਟਾਂ ਦੀ ਗੱਲ, ਵੀਰ ਬਹੁਤ ਸਾਰੇ ਕਮੈਂਟ ਕਰਦੇ ਹੁੰਦੇ ਆ, ਬਹੁਤ ਵਧੀਆ ਲੱਗਦੇ ਜੀ ਕਮੈਂਟ ਪੜ੍ਹ ਕੇ। ਅਤੇ ਸਭ ਤੋਂ ਪਹਿਲਾ ਕਮੈਂਟ ਹੈ ਜੀ ਲਖਵੀਰ ਸਿੰਘ ਦਾ, ਕਹਿੰਦੇ ਆ ਜੀ ਨਾਈਸ ਵੀਡੀਓ ਬ੍ਰੋ, ਬਹੁਤ ਬਹੁਤ ਧੰਨਵਾਦ ਜੀ। ਜਗਸੀਰ ਸਿੰਘ ਕਹਿੰਦੇ ਆ ਵੀਰੇ ਮੋਗਾ 'ਚ ਕੋਈ 12-7 ਦੀ ਟਰੋਲੀ ਦੱਸੋ। ਜ਼ਰੂਰ ਭਾਅ ਜੀ, ਆਪਾਂ ਬਹੁਤ ਸਾਰੀਆਂ ਟਰੋਲੀਆਂ ਆ ਰਹੀਆਂ ਆਪਣੇ ਕੋਲ ਮੋਗੇ 'ਚ, ਅਤੇ ਆਪਾਂ ਬਹੁਤ ਜਲਦੀ ਵੀਡੀਓ 'ਚ ਲਾ ਦਾਂਗੇ ਜੀ। ਅਤੇ ਸੁਖਜੀਤ ਕੌਰ ਕਹਿੰਦੇ ਨਾਈਸ ਹੋ, ਬਹੁਤ ਬਹੁਤ ਧੰਨਵਾਦ ਜੀ। ਸੋਨੂ ਸਿੰਘ ਕਹਿੰਦੇ ਨਾਈਸ ਕਾਰ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਗੁਰਜੀਤ ਕਹਿੰਦੇ ਆ ਜੀ ਵੈਰੀ ਨਾਈਸ ਬ੍ਰੋ, ਬਹੁਤ ਬਹੁਤ ਧੰਨਵਾਦ ਜੀ। ਅਤੇ ਹਰਿੰਦਰ ਕਹਿੰਦੇ ਆ ਜੀ ਯਾਮਾ ਹੈਦ ਬ੍ਰੋ, ਅਤੇ ਯਾਮਾ ਆਪਾਂ ਜ਼ਰੂਰ ਲਾ ਦਾਂਗੇ ਜੀ, ਕੋਈ ਐਡ ਆਈ ਤਾਂ ਆਪਣੇ ਕੋਲ, ਅਤੇ ਆਪਾਂ ਵੀਡੀਓ 'ਚ ਪਾ ਦਾਂਗੇ ਜੀ। ਕੁਲਵੰਤ ਸਿੰਘ ਕਹਿੰਦੇ ਗੁੱਡ, ਬਹੁਤ ਬਹੁਤ ਧੰਨਵਾਦ ਜੀ। ਅਮਨਦੀਪ ਦੀਵਾਨਾ ਕਹਿੰਦੇ ਕਿੱਥੇ ਆ ਜੀ ਆ ਵੀ ਦੱਸੋ, ਇਹ ਭਾਅ ਜੀ ਇਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਹੋਊਗਾ ਜੀ, ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ। ਅਤੇ ਭੋਲਾ ਸਿੰਘ ਕਹਿੰਦੇ ਜੀ ਜੈਨ ਗੱਡੀ ਦਾ ਸਹੀ ਮੁੱਲ ਹੈ, ਅਤੇ ਹਾਂਜੀ ਭਾਅ ਜੀ ਰੇਟ ਤਾਂ ਸਹੀ ਹੁੰਦੇ ਜੀ, ਬਾਕੀ ਕਈ ਵਾਰੀ ਵੱਧ ਘੱਟ ਹੋ ਜਾਂਦਾ ਹੈ, ਅਤੇ ਉਹ ਮੌਕੇ 'ਤੇ ਸਹੀ ਹੋ ਜਾਂਦਾ ਹੁੰਦਾ ਜੀ। ਸੁਰਿੰਦਰ ਸਿੰਘ ਕਹਿੰਦੇ ਸਿਰਾ, ਬਹੁਤ ਬਹੁਤ ਧੰਨਵਾਦ ਜੀ। ਅਤੇ ਅੱਗੇ ਹੈ ਜੀ ਜਗਜੋਤ ਸਿੰਘ ਅਲਟੋ ਕਾਰ ਬਾਰੇ ਪੁੱਛਦੇ ਜੀ, ਅਤੇ ਭਾਅ ਜੀ ਆਪਣੇ ਚੈਨਲ 'ਤੇ ਬਹੁਤ ਸਾਰੀਆਂ ਅਲਟੋ ਗੱਡੀਆਂ ਪਈਆਂ, ਅਤੇ ਤੁਸੀਂ ਦੇਖ ਸਕਦੇ ਹੋ ਜੀ। ਅਤੇ ਨਿਰਮਲ ਸਿੰਘ ਕਹਿੰਦੇ ਨਾਈਸ ਵੀਡੀਓ ਵੀਰੇ, ਬਹੁਤ ਬਹੁਤ ਧੰਨਵਾਦ ਜੀ। ਅਤੇ ਪ੍ਰਦੀਪ ਕੌਰ ਸਿੱਧੂ ਕਹਿੰਦੇ ਜੀ iPhone 6s 16GB 32GB, ਅਤੇ ਇਹਨਾਂ ਨੂੰ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ, ਜਾਂ ਵੀਡੀਓ ਦੇ ਲਾਸਟ ਦੇ ਵਿੱਚ ਸ਼ਾਇਦ ਐਡ ਹੈਗੀ ਆ, ਅਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ, ਅਤੇ ਵੀਡੀਓ ਵਿੱਚ ਤੁਹਾਨੂੰ ਸਭ ਕੁਝ ਪਤਾ ਲੱਗ ਜੂਗਾ ਜੀ। ਦਿਲਬਾਗ ਸੰਧੂ ਕਹਿੰਦੇ ਰਵੀ ਜੀ ਆਪ ਜੀ ਦਾ ਬਹੁਤ ਧੰਨਵਾਦ, ਅਤੇ ਐਡ ਲਾਉਣ ਲਈ ਜੀ, ਅਤੇ ਕੋਈ ਗੱਲ ਨਹੀਂ ਜੀ ਆਪਣਾ ਤਾਂ ਕੰਮ ਹੀ ਹੈ, ਅਤੇ ਕਮੈਂਟ ਕੀਤਾ ਬਹੁਤ ਵਧੀਆ ਲੱਗੇ ਤੁਸੀਂ। ਹਿਮਾਂਸ਼ੂ ਕਹਿੰਦੇ ਜੀ ਰਾਮ ਰਾਮ ਬਾਈ ਜੀ, ਰਾਮ ਰਾਮ ਜੀ। ਅਤੇ ਅੱਜ ਲਈ ਇੰਨੀ ਜੀ, ਅਤੇ ਅੱਗੇ ਦੇ ਕਮੈਂਟ ਆਪਾਂ ਅਗਲੀ ਵੀਡੀਓ 'ਚ ਪੜ੍ਹਾਂਗੇ ਜੀ। ਅਤੇ ਬਹੁਤ ਵਧੀਆ ਲੱਗਿਆ ਜੀ ਕਮੈਂਟ ਪੜ੍ਹ ਕੇ, ਬਹੁਤ ਸਪੋਰਟ ਕਰਦੇ ਵੀਰ, ਬਹੁਤ ਵਧੀਆ ਲੱਗਦਾ ਜੀ ਕਮੈਂਟ ਪੜ੍ਹ ਕੇ, ਅਤੇ ਬਹੁਤ ਬਹੁਤ ਧੰਨਵਾਦ ਜੀ, ਅਤੇ ਕਮੈਂਟ ਕਰਨ ਲਈ ਅਤੇ ਆਪਣੇ ਚੈਨਲ ਨੂੰ ਸਪੋਰਟ ਦੇਣ ਲਈ, ਅਤੇ ਇੱਦਾਂ ਹੀ ਸਪੋਰਟ ਰੱਖਿਆ ਕਰੋ ਜੀ। ਅਤੇ ਅੱਜ ਦੀ ਵੀਡੀਓ ਆਪਣੀ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਜੀ, ਕਮੈਂਟ ਕਰਕੇ ਜ਼ਰੂਰ ਦੱਸਿਓ, ਵੀਡੀਓ ਕਿਵੇਂ ਦੀ ਲੱਗੀ, ਮਸ਼ੀਨਰੀਆਂ ਕਿੱਦਾਂ ਦੀ ਲੱਗੀਆਂ ਜੀ। ਅਤੇ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਨਾਲ, ਅਤੇ ਖੁਸ਼ ਰਹੋ ਜੀ, ਲਾਸਟ ਦੇ ਵਿੱਚ ਦੋ ਵੀਡੀਓ ਹੋਰ ਆਉਣਗੀਆਂ, ਤੁਸੀਂ ਉਹਨਾਂ ਨੂੰ ਵੀ ਚੈੱਕ ਕਰ ਸਕਦੇ ਹੋ ਜੀ।